ਅੱਜ ਜਿੱਥੇ ਪੂਰੀ ਦੁਨੀਆ ਵਿੱਚ ਕਰੋਨਾ ਵਰਗੀ ਜਾਨਲੇਵਾ ਬਿਮਾਰੀ ਨੇ ਦਹਿਸ਼ਤ ਫੈਲਾਈ ਹੋਈ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ, ਇਸ ਬਿਮਾਰੀ ਦਾ ਅਸਰ ਪੰਜਾਬ ਦੇ ਪਿੰਡਾਂ 'ਚ ਵੀ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਇਸੇ ਖੌਫ਼ ਦੇ ਚਲਦੇ ਕਾਦੀਆਂ ਦੇ ਨਜ਼ਦੀਕੀ ਪਿੰਡ ਨੰਗਲ ਵਿਖੇ ਸਮੂਹ ਪਿੰਡ ਨਿਵਾਸੀਆਂ ਅਤੇ ਸਰਪੰਚ ਦੇ ਸਹਿਯੋਗ ਨਾਲ ਪੂਰੇ ਪਿੰਡ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਇਹ ਜੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਵਰਲਡ ਵਾਈਡ ਜੋ ਵਾਇਰਸ ਫੈਲਿਆ ਉਹਦੇ ਮੁਤਾਬਕ ਜੋ 10-15 ਦਿਨ ਤੋਂ ਹਦਾਇਤਾਂ ਸੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ, CM ਪੰਜਾਬ ਔਰ ਸਾਡੇ ਹਲਕਾ MLA ਫਤਿਹ ਜੰਗ ਸਿੰਘ ਬਾਜਵਾ ਜੀ ਵੱਲੋਂ, ਕਿ ਮੁਕੰਮਲ ਤੌਰ 'ਤੇ ਪਿੰਡਾਂ ਨੂੰ ਲੌਕਡਾਊਨ ਕੀਤਾ ਜਾਏ ਔਰ ਕਰਫਿਊ ਦੀ ਪਾਲਣਾ ਕੀਤੀ ਜਾਏ। ਸੋ ਉਹੀ ਯਤਨ ਕਰਦੇ ਹੋਏ ਅਸੀਂ ਉਹੀ ਚੀਜ਼ਾਂ ਨੂੰ ਲਾਗੂ ਕਰਵਾ ਰਹੇ ਹਾਂ। ਜਿਹੜੇ ਲੋਕ ਘਰਾਂ 'ਚੋਂ ਬਾਹਰ ਜਾ ਰਹੇ ਆ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਘਰਾਂ 'ਚ ਰਹੋ। ਦਿੱਕਤਾਂ ਆ ਰਹੀਆਂ, ਜਿਸ ਤਰ੍ਹਾਂ ਕਈ ਲੋਕ ਨਹੀਂ ਅਵੇਅਰ ਹੈਗੇ ਇਹਨਾਂ ਚੀਜ਼ਾਂ ਤੋਂ, ਘਰੋਂ ਵਾਰ ਵਾਰ ਨਿਕਲਦੇ ਆ, ਉਹਨਾਂ ਲਈ ਅਸੀਂ ਫਿਰ ਐਂਟਰੀ ਪੁਆਇੰਟਾਂ 'ਤੇ ਕਾਪੀਆਂ ਲਾਈਆਂ ਹੋਈਆਂ, ਇੱਕ ਮੇਨ ਰਜਿਸਟਰ ਰੱਖਿਆ ਜਿੱਥੇ ਐਂਟਰੀ ਪਾਈ ਦੀ ਆ। ਰੋਜ਼ ਸ਼ਾਮ ਨੂੰ ਸਾਰਾ ਦੇਖੀਦਾ, ਜਿਹੜਾ ਬੰਦਾ ਜ਼ਿਆਦਾ ਬਾਹਰ ਜਾ ਰਿਹਾ ਉਹਨੂੰ ਘਰ ਰਹਿਣ ਦੀ ਅਪੀਲ ਕਰੀਦੀ। ਇਹਦੇ ਲਈ ਅਸੀਂ ਜਿਹੜੀ ਸਾਡੀ ਪੋਲਸੀ ਆ, ਜਿਵੇਂ ਰਾਸ਼ਨ ਤਾਂ ਅਸੀਂ ਸਾਰੇ ਘਰਾਂ 'ਚ ਪਹਿਲਾਂ ਡੋਰ ਟੂ ਡੋਰ ਜਾ ਕੇ ਪਤਾ ਕਰ ਲਿਆ ਸੀ, ਸਾਰੇ ਘਰਾਂ 'ਚ ਕੋਈ 10 ਦਿਨ ਦਾ ਵੀ ਰਾਸ਼ਨ ਹੈਗਾ, ਕਿਸੇ ਕੋਲ 15 ਦਿਨ ਦਾ ਵੀ ਹੈਗਾ। ਹੁਣ ਸਾਡੇ ਪਿੰਡ ਦੀਆਂ 2 ਰਿਕੁਆਇਰਮੈਂਟਸ ਹੈਗੀਆਂ ਸੀ ਜਿਹੜੀਆਂ ਮੇਨ, ਇੱਕ ਹੈਗੀ ਸੀ ਦੁੱਧ ਦੀ ਔਰ ਇੱਕ ਹੈਗੀ ਸੀ ਸਬਜ਼ੀ ਦੀ। ਉਹ ਸਾਡੇ ਹੋਮ ਡਿਲੀਵਰੀ ਵਾਲੇ ਲੜਕੇ ਆ ਰਹੇ ਆ, ਸਬਜ਼ੀ ਦੇਣ ਵੀ ਆਉਂਦੇ ਆ ਔਰ ਦੁੱਧ ਵਾਸਤੇ ਵੀ ਆਉਂਦੇ। ਜਿਹੜਾ ਕੋਈ ਇਨਸਾਨ ਮੈਡੀਸਨ ਵਾਲਾ, ਉਹ ਵੀ ਅਸੀਂ ਰਿਕਾਰਡ ਰੱਖਿਆ ਹੋਇਆ, ਜੇ ਤਾਂ ਉਹ ਖੁਦ ਜਾ ਸਕਦਾ ਉਹਨੂੰ ਜਾਣ ਦੇਈਦਾ, ਨਹੀਂ ਤਾਂ ਅਸੀਂ ਖੁਦ ਵੀ ਅਰੇਂਜ ਕਰਵਾ ਦਈਦੀ ਆ ਉਹਨੂੰ ਜ਼ਰੂਰਤ ਪਏਗਾ। ਜੇ ਕੋਈ ਡਾਕਟਰ ਹੈ ਜਾਂ ਕੋਈ ਹੋਰ ਐਸਾ ਜ਼ਰੂਰੀ ਸੇਵਾਵਾਂ ਦੇਣ ਜਾ ਰਿਹਾ ਲੋਕਾਂ ਦੀ ਭਲਾਈ ਦੇ ਕੰਮ ਲਈ ਜਾ ਰਿਹਾ, ਤਾਂ ਉਹਨੂੰ ਅਸੀਂ ਮਨਾ ਨਹੀਂ ਕਰਦੇ। 14 ਤੱਕ ਤਾਂ ਚੱਲੇਗਾ ਜੇ ਸਰਕਾਰ ਅੱਗੇ ਵਧਾਏਗੀ, ਤਾਂ ਅਸੀਂ ਵੀ ਇਹਨੂੰ ਪੂਰਾ ਅੱਗੇ ਤੱਕ ਪਾਲਣਾ ਕਰਾਂਗੇ। ਸਾਡੇ ਪਿੰਡ 'ਚ ਕਾਫੀ ਆਵਾਜਾਈ ਸੀਗੀ, ਬਹੁਤ ਮੈਂ ਨੋਟਿਸ ਕਰਦਾ ਰਿਹਾ, ਫਿਰ ਅਸੀਂ ਹੁਣ ਇਹ ਸਖਤੀ ਨਾਲ ਇਹ ਲਾਗੂ ਕਰਤਾ। ਅਤੇ ਪਹਿਲਾਂ ਇੱਕ ਦਿਨ ਤਾਂ ਸਾਨੂੰ ਦਿੱਕਤ ਆਈ ਕਿ ਲੋਕ ਆਉਂਦੇ ਹੀ ਵਾਪਸ ਭੇਜਣੇ ਪੈਂਦੇ ਸੀ, ਵੈਸੇ ਕੱਲ੍ਹ ਤੋਂ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਰਸਤਾ ਬੰਦ ਕੀਤਾ ਹੋਇਆ ਨੰਗਲ ਬਾਗਵਾਨਾਂ 'ਚ, ਐਂਟਰੀ ਬੰਦ ਆ ਬਾਹਰ ਦੇ ਬੰਦੇ ਦੀ। ਮੇਰਾ ਸੰਦੇਸ਼ ਸਾਰਿਆਂ ਨੂੰ ਇਹੀ ਹੈ ਜੀ, ਜੋ ਵੀ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਵਰਲਡ ਵਾਈਡ ਇਹ ਫੈਲਿਆ ਹੋਇਆ, ਇਹਦੇ ਤੋਂ ਡਰੋ ਵੀ ਨਾ, ਪਰ ਇਹਦੇ ਨਾਲ ਲੜੋ। ਲੜਿਆ ਕਿਸ ਤਰ੍ਹਾਂ ਜਾ ਸਕਦਾ? ਆਪਣੇ ਆਪ ਨੂੰ ਘਰਾਂ 'ਚ ਰੱਖ ਕੇ, ਆਪਣੇ ਆਪ ਨੂੰ ਬਚਾ ਕੇ ਬਾਹਰ ਨਿਕਲ ਤੋਂ ਪਰਹੇਜ਼ ਕਰੋ, ਜ਼ਿਆਦਾ ਪਬਲਿਕ 'ਚ ਨਾ, ਰਸ਼ ਵਾਲੇ ਥਾਵਾਂ 'ਤੇ ਨਾ ਜਾਓ। ਔਰ ਸਭ ਤੋਂ ਇਹ ਹੈ ਕਿ ਸਾਰਿਆਂ ਦਾ ਸਹਿਯੋਗ ਕਰੋ, ਪ੍ਰਸ਼ਾਸਨ ਦਾ ਵੀ ਸਹਿਯੋਗ ਕਰੋ, ਕਿਉਂਕਿ ਪ੍ਰਸ਼ਾਸਨ ਵੀ ਆਪਣੇ ਆਪ 'ਚ ਇਹੀ ਚੀਜ਼ ਕਹਿਣਾ ਚਾਹ ਰਿਹਾ ਘਰਾਂ 'ਚ ਰਹੋ, ਅਤੇ ਸਾਨੂੰ ਇਸ ਚੀਜ਼ ਨੂੰ ਮੰਨਣਾ ਚਾਹੀਦਾ। ਇਹ ਕਰਫਿਊ ਦਾ ਆਰਡਰ ਸਾਰੇ ਹਿੰਦੁਸਤਾਨ ਵਾਸਤੇ ਆ, ਸਾਰੇ ਪਿੰਡਾਂ ਵਾਸਤੇ ਆ, ਸਾਰੇ ਪੰਜਾਬ ਵਾਸਤੇ ਆ, ਕਿਸੇ ਇੱਕ ਬੰਦੇ ਵਾਸਤੇ ਨਹੀਂ, ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ। ਜਾਗਰਤੀ ਲੈਣ ਲਈ ਕਾਦੀਆਂ ਤੋਂ ਸਲਾਮ ਤਾਰੀ ਦੀ ਰਿਪੋਰਟ।